ਆਪਣੇ ਸ਼ੋਅ 'ਚ ਬਹੁਤ ਸਾਰੇ ਐਕਟਰ ਆਉਂਦੇ ਨੇ, ਬਹੁਤ ਸਾਰੇ ਸਿੰਗਰ ਆਉਂਦੇ ਨੇ, ਬਹੁਤ ਸਾਰੀਆਂ ਐਕਟ੍ਰੈਸਿਸ ਆਉਂਦੀਆਂ ਨੇ, ਪਰ ਜਿਹੜੇ ਬਾਈ ਹੁਣ ਆਉਣ ਲੱਗਿਆ ਇਹਨਾਂ 'ਚ ਬਹੁਤ ਜ਼ਿਆਦਾ ਕੌਨਫੀਡੈਂਸ ਹੈ, ਤਾਂ ਤੁਹਾਨੂੰ ਪੂਰਾ ਭਰੋਸਾ ਹੋ ਜਾਊਗਾ ਜਦੋਂ ਤੁਸੀਂ ਇਹਨਾਂ ਦੀਆਂ ਗੱਲਾਂ ਸੁਣ ਲਓਗੇ। ਚਲੋ ਫਿਰ ਰਾਈਟ, ਆਈ ਐਮ ਸਿਟਿੰਗ ਵਿਦ ਅ ਵੈਰੀ ਟੈਲੈਂਟਡ ਆਰਟਿਸਟ, ਬਹੁਤ ਹੀ ਬਿਹਤਰੀਨ ਐਕਟਰ, ਬਹੁਤ ਹੀ ਲਾਜਵਾਬ ਕਾਮੇਡੀਅਨ, ਵਨ ਐਂਡ ਓਨਲੀ ਗੁਰਪ੍ਰੀਤ ਘੁੱਗੀ ਬਾਰੀ। ਸਤਿ ਸ਼੍ਰੀ ਅਕਾਲ ਬਾਰੀ। ਸਤਿ ਸ਼੍ਰੀ ਅਕਾਲ ਬ੍ਰਦਰ, ਹਾਊ ਆਰ ਯੂ? ਠੀਕ ਹੋ ਸਰ? ਮੈਂ ਕਹਿੰਦਾ ਤੁਸੀਂ ਦੱਸੋ ਬਾਰੀ, ਠੀਕ ਹੋ? ਆਲ ਸੈਟ ਜੀ, ਬਹੁਤ ਵਧੀਆ ਬਾਰੀ, ਲੁਕਿੰਗ ਗੁੱਡ। ਥੈਂਕ ਯੂ ਜੀ। ਮੈਨੂੰ ਲੱਗਦਾ ਤੁਸੀਂ ਦੂਸਰੀ ਵਾਰ ਟਸ਼ਨ ਦੇ ਪੈਗ 'ਚ ਆ ਰਹੇ ਹੋ ਜੀ। ਪਹਿਲੀ ਵਾਰ ਜਦੋਂ ਆਏ ਸੀ ਤੁਸੀਂ ਐਨ ਸੂਟਡ ਬੂਟਡ ਪੂਰੇ ਪਿੱਛੇ ਦਾ ਤੁਹਾਨੂੰ ਬਿਠਾਇਆ ਸੀ, ਸਵਾਦ 'ਚ ਤੁਸੀਂ ਮੰਜੇ ਤੇ ਬੈਠੇ ਹੋ। ਕਿਉਂਕਿ ਉਦੋਂ ਮੈਂ ਤੇਰੇ ਤੋਂ ਡਰਿਆ ਸੀ, ਮੈਂ ਕਿਹਾ ਬੜੇ ਮਾਡਰਨ ਬੰਦੇ ਦੇ ਸ਼ੋਅ 'ਚ ਚੱਲੇ ਆ, ਸੂਟਡ ਬੂਟਡ ਹੋ ਕੇ ਆਇਆ ਸੀ, ਗੱਲਾਂ ਕੀਤੀਆਂ ਨੇ ਪਤਾ ਲੱਗਾ ਸਾਡੇ ਵਰਗਾ ਦੇਸੀ ਹੈ ਵਿੱਚੋਂ। ਭਾਜੀ ਘੁੱਗੀਆਂ ਤੇ ਉੱਡ ਕੇ ਦਿਖਾ, ਹਨਾ, ਮਤਲਬ ਬਹੁਤ ਹੀ ਵੱਡੀ ਚੀਜ਼, ਤੇ ਕਹਿ ਸਕਦੇ ਹੋ ਕਿ ਪੂਰੀ ਦੁਨੀਆ 'ਚ ਇਸੇ ਚੀਜ਼ ਕਰਕੇ ਤੁਸੀਂ ਪਾਪੂਲਰ ਹੋਏ। ਕਦੀ ਇਸ ਲਫ਼ਜ਼ ਤੋਂ ਭਾਜੀ ਨਫ਼ਰਤ ਨਹੀਂ ਹੋਈ, ਇਰੀਟੇਸ਼ਨ ਨਹੀਂ ਹੋਈ ਕਦੀ? ਦੇਖੋ ਜੀ, ਕਿਸੇ ਨੂੰ ਆਪਣੇ ਬੱਚੇ ਤੋਂ ਵੀ ਨਫ਼ਰਤ ਹੋ ਸਕਦੀ ਕਦੀ? ਮੈਨੂੰ ਤਾਂ ਇੱਕ ਵਾਰੀ ਮੈਂ ਪਾਲਿਆ ਇਹਨੂੰ, ਸਿਰਫ ਥੋੜਾ ਜਿਹਾ ਨਾਮ ਇਹਦਾ ਰੋਸ਼ਨ ਕੀਤਾ ਮੈਂ, ਉਸ ਤੋਂ ਬਾਅਦ ਇਹਨੇ ਮੈਨੂੰ ਪਾਲਿਆ। ਕੀ ਬਾਤ ਹੈ ਭਾਈ, ਪਰ ਹਰ ਜਗ੍ਹਾ ਤੇ ਜਦੋਂ ਤੁਸੀਂ ਕਿਸੇ ਵੀ ਜਗ੍ਹਾ ਜਾਂਦੇ ਹੋ, ਆਈਦਰ ਪ੍ਰੈਸ ਕਾਨਫਰੰਸ, ਆਈਦਰ ਕਿਸੇ ਮੂਵੀ ਦੀ ਪ੍ਰੋਮੋਸ਼ਨ, ਕਿਸੇ ਸ਼ੋਅ ਤੇ, ਕਿਸੇ ਦੇ ਦੁੱਖ ਤੇ, ਕਿਸੇ ਸੁੱਖ ਤੇ, ਹਰ ਬੰਦੇ ਦੇ ਦਿਮਾਗ 'ਚ ਪਹਿਲੀ ਗੱਲ ਇਹੀ ਆਉਂਦੀ ਹੈ ਨਾ ਕਿ ਇਹ ਪਹਿਲਾ ਡਾਇਲੋਗ, ਸੋ ਕਦੀ ਅੱਜ ਤੱਕ ਕਦੀ ਇਦਾਂ ਲੱਗੇ ਕਿ ਯਾਰ ਇੱਥੇ ਤਾਂ ਛੱਡ ਦੋ ਯਾਰ? ਨਹੀਂ, ਇਹ ਜ਼ਰੂਰ ਹੁੰਦਾ ਕਿ ਉਸ ਤੋਂ ਅੱਗੇ ਬੜਾ ਕੁਝ ਕਰ ਲਿਆ, ਇੰਨਾ ਕੁਝ ਕੀਤਾ, ਉਸ ਤੋਂ ਬਾਅਦ ਇੰਨੀਆਂ ਫਿਲਮਾਂ, ਇੰਨਾ ਟੈਲੀਵਿਜ਼ਨ ਕੀਤਾ, ਇੰਨੀ ਸਟੇਜ ਕੀਤੀ ਹੈ, ਪਰ ਸਟਿਲ ਉਹ ਜਿਹੜਾ ਇੱਕ ਡਾਇਲੋਗ ਮੇਰੇ ਨਾਲ ਨਾਲ ਟਰੈਵਲ ਕਰਦਾ, ਮੈਨੂੰ ਲੱਗਦਾ ਵੀ ਯਾਰ ਹੁਣ ਲੋਕਾਂ ਨੂੰ ਕਿਉਂ ਨਹੀਂ ਭੁੱਲਦਾ ਜੀ ਇਸ ਗੱਲ ਨੂੰ, ਤੇ ਮੈਨੂੰ ਲੱਗਦਾ 15-20 ਸਾਲ ਹੋ ਗਏ ਨੇ ਭਾਈ ਇਹ ਲੱਕੀ ਹੈ। ਹੁਣ ਭਾਜੀ ਅਰਦਾਸ ਫਿਲਮ ਆ ਰਹੀ ਹੈ, ਅਰਦਾਸ ਆਪਣੇ ਆਪ 'ਚ ਇੱਕ ਬਹੁਤ ਵੱਡੀ ਚੀਜ਼ ਆ, ਹਰ ਬੰਦਾ ਜਿਹੜਾ ਦੁਖੀ ਉਹ ਵੀ ਕਰਦਾ, ਜਿਹੜਾ ਸੁਖੀ ਉਹ ਵੀ ਕਰਦਾ, ਸਵੇਰੇ ਵੀ ਕਰਦਾ, ਦੁਪਹਿਰੇ ਵੀ ਕਰਦਾ, ਸ਼ਾਮ ਵੀ ਕਰਦਾ, ਸੋ ਇਹ ਜਿਹੜੀ ਅਰਦਾਸ ਹੈ ਭਾਈ ਜਿਹੜੀ ਆ ਰਹੀ, ਇਹਦਾ ਕੀ ਮਤਲਬ ਹੈ? ਇਹ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਕਿ ਸਾਡੇ ਨਾਲ ਹਮੇਸ਼ਾ ਚੱਲਦੀ, ਕਹਿੰਦੇ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਤੇ ਸਿਮਰਨ ਹਰ ਵੇਲੇ। ਸੋ ਸਿਮਰਨ ਹਰ ਵੇਲੇ ਕਰਨਾ ਬੰਦਾ ਕਈ ਵਾਰੀ ਭੁੱਲ ਵੀ ਜਾਂਦਾ, ਔਰ ਸੁੱਖ ਵੇਲੇ ਸ਼ੁਕਰਾਨਾ ਕਰਨਾ ਅਕਸਰ ਭੁੱਲ ਜਾਂਦਾ। ਬਿਲਕੁਲ। ਪਰ ਇੱਕ ਅਰਦਾਸ ਐਸੀ ਹੈ ਜੀ ਦੁੱਖ ਵੇਲੇ ਜ਼ਬਾਨ ਤੇ ਆ ਜਾਂਦੀ ਹੈ, ਔਰ ਅਰਦਾਸ ਤੁਹਾਡੇ ਤੇ ਡਿਪੈਂਡ ਕਰਦਾ, ਤੁਸੀਂ ਆਪਣੇ ਲਈ ਕਰਦੇ ਹੋ, ਆਪਣੇ ਪਰਿਵਾਰ ਲਈ ਕਰਦੇ ਹੋ, ਤੇ ਕੁਝ ਧਰਤੀ ਤੇ ਐਸੀਆਂ ਰੂਹਾਂ ਉਤਰੀਆਂ ਹੁੰਦੀਆਂ ਜਿਹੜੀਆਂ ਸਭ ਵਾਸਤੇ ਕਰਦੀਆਂ, ਯਾਨੀ ਸਰਬੱਤ ਦਾ ਭਲਾ ਮੰਗਦੀਆਂ। ਸੋ ਅਰਦਾਸ ਸਾਡੇ ਨਾਲ ਜੁੜੀ ਹੋਈ ਚੀਜ਼ ਹੈ। ਸੋ ਅਰਦਾਸ ਫਿਲਮ ਦਾ ਇੱਕ ਸਬਜੈਕਟ ਜਿਹੜਾ ਉਹ ਮੈਂ ਕਹਾਂਗਾ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਹੈ। ਬਿਲਕੁਲ। ਸਮੇਂ ਦੇ ਵਿੱਚ ਅਗਰ ਅੱਜ ਦੇ ਸਮੇਂ 'ਚ ਦੇਖੀਏ, ਹਰ ਜੀ ਕੋਈ ਨਾ ਕੋਈ ਦਰਦ ਆਪਣੇ ਉੱਤੇ ਢੋ ਰਿਹਾ। ਬਿਲਕੁਲ। ਸੋ ਇਸ ਸਮੇਂ ਨੇ ਸਾਡੀ ਯੂਥ ਨੂੰ ਭਟਕਾ ਵੀ ਦਿੱਤਾ, ਪਰਿਵਾਰਾਂ ਦੇ ਵਿੱਚ ਅੱਜ ਆਪਸ 'ਚ ਪਿਆਰ ਨਹੀਂ ਰਹਿ ਗਏ, ਨਿਊਕਲੀਅਰ ਫੈਮਿਲੀਜ਼ ਨੇ ਉਹਨਾਂ ਦੇ ਵਿੱਚ ਵੀ ਆਪਸ 'ਚ ਨਹੀਂ ਬਣਦੀ। ਸੋ ਕਈ ਚੀਜ਼ਾਂ ਸਭ ਐਸੀਆਂ ਨੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਸਾਰਾ ਸਮਾਜ ਡਿਸਟਰਬ ਕੀਤਾ ਹੋਇਆ। ਸੋ ਇਸ ਮੌਕੇ 'ਤੇ ਅਰਦਾਸ ਔਰ ਪਰਮਾਤਮਾ ਦੇ ਨਾਲ ਜੁੜਨ ਦਾ ਔਰ ਸੁਸਾਇਟੀ ਨੂੰ ਹੰਬਲ ਹੋ ਕੇ ਚਲਾਉਣ ਦਾ ਇੱਕ ਜਿਹੜਾ ਨੁਸਖਾ ਹੈ ਉਹੀ ਇਸ ਫਿਲਮ ਦੇ ਵਿੱਚ ਦੱਸਿਆ ਗਿਆ, ਬਟ ਵਿਦ ਦਾ ਫੁੱਲ ਐਂਟਰਟੇਨਮੈਂਟ। ਬਸ ਇਹੀ ਗੱਲ ਕਰਨ ਲੱਗਿਆ ਸੀ ਕਿ ਜਿਹੜਾ ਭਾਈ ਕਿ ਦੇਖੋ ਅਰਦਾਸ ਬਿਲਕੁਲ ਸਹੀ ਟੌਪਿਕ, ਮਤਲਬ ਹਰ ਬੰਦਾ ਸਿੱਖੇ ਬਹੁਤ ਜ਼ਰੂਰੀ ਹੈ, ਪਰ ਥੀਏਟਰ 'ਚ ਲੋਕੀ ਐਂਟਰਟੇਨ ਹੋਣ ਹੀ ਜਾਂਦੇ ਨੇ ਮੋਸਟਲੀ। ਮੈਂ ਬਿਲਕੁਲ ਇਹ ਗੱਲ ਅੱਗੇ ਵੀ ਕਹਿੰਦਾ ਹੁੰਦਾ ਵੀਜੇ, ਜਦੋਂ ਵੀ ਮੇਰੀ ਕਿਤੇ ਗੱਲ ਹੁੰਦੀ ਨਾ ਕਿ ਤੁਸੀਂ ਫਿਲਮ ਦੇ 'ਚ ਮੈਸੇਜ ਕੀ ਦੇਣਾ ਚਾਹਿਆ, ਤੁਸੀਂ ਮੈਸੇਜ ਨਹੀਂ ਦਿੱਤਾ ਫਲਾਣੀ ਫਿਲਮ 'ਚ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਿਨੇਮਾ ਐਂਟਰਟੇਨਮੈਂਟ ਵਾਸਤੇ ਬਣਿਆ ਜੀ। ਸਿਨੇਮਾ ਇਜ਼ ਐਂਟਰਟੇਨਮੈਂਟ, ਸਿਨੇਮਾ ਦਾ ਹੋਰ ਕੋਈ ਡੈਫੀਨੇਸ਼ਨ ਨਹੀਂ ਹੈਗੀ। ਇਹ ਤੁਹਾਡੀ ਕੁਆਲਿਟੀ ਹੈ, ਤੁਹਾਡੀ ਖੂਬੀ ਹੈ ਕਿ ਤੁਸੀਂ ਐਂਟਰਟੇਨਮੈਂਟ ਦੇ ਨਾਲ ਨਾਲ ਕੋਈ ਮੈਸੇਜ ਦੇ ਜਾਓ। ਕੀ ਬਾਤ ਹੈ। ਬਟ ਸਾਡੀ ਜਿਹੜੀ ਫਸਟ ਕਮਿਟਮੈਂਟ ਸਾਡੀ ਆਡੀਅੰਸ ਦੇ ਨਾਲ ਹੈ ਫੁੱਲ ਟੂ ਐਂਟਰਟੇਨਮੈਂਟ, ਔਰ ਇਸ ਫਿਲਮ ਅਰਦਾਸ ਦੇ ਵਿੱਚ ਵੀ ਐਂਟਰਟੇਨਮੈਂਟ ਵੱਲੋਂ ਕੋਈ ਕਮੀ ਨਹੀਂ ਹੋਏਗੀ, ਪਰ ਐਂਟਰਟੇਨਮੈਂਟ ਦੇ ਨਾਲ ਨਾਲ ਅਸੀਂ ਇੱਕ ਸੁਥਰਾ ਮੈਸੇਜ ਵੀ ਦਿੱਤਾ ਜਿਹੜਾ ਤੁਹਾਡੇ ਹੀ ਬੱਚਿਆਂ ਦੇ ਕੰਮ ਆਉਣਾ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇ ਕੰਮ ਆਉਣਾ। ਭਾਜੀ ਇੰਡਸਟਰੀ 'ਚ ਨਾ ਜਿੱਦਾਂ ਹੁਣ ਰਿਲੇਸ਼ਨ ਬਣਾਉਣੇ ਬੜੇ ਜ਼ਰੂਰੀ ਨੇ ਪੰਜਾਬੀ ਇੰਡਸਟਰੀ, ਜਦੋਂ ਜਿੱਦਾਂ ਕੋਈ ਨਾ ਕੋਈ ਆਰਟਿਸਟ ਹੁੰਦਾ ਮੈਨੂੰ ਪਤਾ ਲੱਗਦਾ ਰਹਿੰਦਾ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਜੀ। ਹੁਣ ਗਿੱਪੀ ਗਰੇਵਾਲ ਭਾਜੀ ਸੁਪਰਸਟਾਰ ਪੰਜਾਬ ਦੇ, ਹੁਣ ਜੇ ਉਹ ਕਿਸੇ ਨੂੰ ਕੰਮ ਕਹਿਣ ਤੇ ਬੰਦਾ ਅੱਗੋਂ ਮਨਾ ਕਰ ਹੀ ਨਹੀਂ ਸਕਦਾ, ਜਦੋਂ ਉਹਨਾਂ ਨੇ ਤੁਹਾਨੂੰ ਫਿਲਮ ਲਈ ਅਪਰੋਚ ਕੀਤਾ, ਤੁਹਾਡੀ ਪਹਿਲੀ ਹਾਂ ਗਿੱਪੀ ਗਰੇਵਾਲ ਦੇਖ ਕੇ ਹਾਂ ਹੋਈ ਸੀ, ਜਾਂ ਤੁਹਾਡਾ ਕਰੈਕਟਰ ਦੇਖ ਕੇ ਹਾਂ ਹੋਈ ਸੀ, ਜਾਂ ਤੁਹਾਨੂੰ ਕੌਨਫੀਡੈਂਸ ਸੀ ਕਿ ਜੋ ਇਹ ਹੋਊਗਾ? ਯੂ ਆਰ ਵੈਰੀ ਮੱਚ ਰਾਈਟ ਵੀਜੇ ਕਿ ਸਾਡੀ ਇੰਡਸਟਰੀ ਦੇ ਵਿੱਚ ਰਿਲੇਸ਼ਨਸ ਰੱਖਣੇ ਪੈਂਦੇ ਨੇ, ਮਾਣ ਇੱਜ਼ਤ ਰੱਖਣਾ ਪੈਂਦਾ, ਬਟ ਫੋਰਚੂਨੇਟਲੀ ਮੇਰਾ ਜਿਹੜਾ ਗਿੱਪੀ ਹੁਣਾਂ ਨਾਲ ਰਿਲੇਸ਼ਨ ਹੈ ਉਹ ਇਸ ਤਰ੍ਹਾਂ ਦਾ, ਛੋਟੇ ਭਰਾ ਹੈ ਮੇਰਾ ਉਹ, ਹਨਾ, ਤੇ ਉਹ ਛੋਟੇ ਭਰਾ ਨੂੰ ਮੈਂ ਕਿਸੇ ਚੀਜ਼ ਤੋਂ ਮਨਾ ਵੀ ਕਰ ਸਕਦਾ, ਰੋਕ ਵੀ ਸਕਦਾ, ਟੋਕ ਵੀ ਸਕਦਾ। ਗਿੱਪੀ ਰਿਗਾਰਡਸ ਇਸ ਤਰ੍ਹਾਂ ਦੇ ਦਿੰਦੇ ਆ ਕਿ ਮੇਰਾ ਕੋਈ ਇਸ ਤਰ੍ਹਾਂ ਦੀ ਬਾਉਂਡੇਸ਼ਨ ਨਹੀਂ ਉਹਨਾਂ ਨਾਲ ਕਿ ਮੈਂ ਗਿੱਪੀ ਨੂੰ ਖੁਸ਼ ਕਰਨ ਲਈ ਕਿਸੇ ਚੀਜ਼ ਨੂੰ ਹਾਂ ਕਰਨੀ ਹੈ। ਪਰ ਇਹ ਪਹਿਲੇ ਦਿਨ ਮੈਂ ਡਰਿਆ ਵੀ ਬੜਾ, ਜਿਸ ਦਿਨ ਗਿੱਪੀ ਨੇ ਮੈਨੂੰ ਘਰ ਬੁਲਾਇਆ ਮੈਂ ਕਿਹਾ ਯਾਰ ਕੰਮ ਪਤਾ ਨਹੀਂ ਕੀ ਹੈ ਜਿਹੜਾ ਇਹਨੇ ਐਮਰਜੈਂਸੀ ਬੁਲਾਇਆ, ਭਾਜੀ ਜੇ ਹੈਗੇ ਹੋ ਮੋਹਾਲੀ ਤਾਂ ਆ ਜਾਓ, ਹੁਣੇ ਹੀ ਆ ਜਾਓ। ਮੈਂ ਚਲਾ ਗਿਆ, ਕਹਿੰਦਾ ਮੈਂ ਕਿ ਫਿਲਮ ਡਾਇਰੈਕਟ ਕਰਨ ਲੱਗਾ ਤੇ ਮੇਰੇ ਹੱਥੋਂ ਪਨੀਰ ਜਿਹਾ ਫੜਿਆ ਸੀ, ਪਹਿਲਾਂ ਤੋਂ ਡਿੱਗਣ ਲੱਗਾ। ਅੱਛਾ, ਓਕੇ ਵੀ ਯਾਰ ਇਹ
ਤੇ ਮੈਂ ਕਿਹਾ ਜੀ ਕੀ ਲੋੜ ਪੈ ਗਈ? ਮੈਂ ਸਹਿਜ ਸਵਾਲ ਪੁੱਛਿਆ, ਕਹਿੰਦੇ ਭਾਅ ਜੀ ਮੇਰਾ ਸ਼ੌਂਕ ਹੈ, ਮੈਂ ਕਿਉਂਕਿ ਫਿਲਮ ਇੰਡਸਟਰੀ 'ਚ ਆਇਆ ਐਕਟਰ ਬਣਨ ਸੀ, ਪਰ ਪਹਿਲੇ ਦਿਨ ਤੋਂ ਕਿਤੇ ਕੀੜਾ ਹੈਗਾ ਕਿ ਫਿਲਮ ਡਾਇਰੈਕਟ ਕਰਨੀ, ਔਰ ਇੰਨੇ ਲੰਬੇ ਸਪੈਨ ਦੇ ਵਿੱਚ ਹੁਣ 4-5 ਸਾਲਾਂ 'ਚ ਮੈਂ ਫਿਲਮ ਨੂੰ ਸਮਝ ਲਿਆ। ਮੈਂ ਕਿਹਾ ਬਟ ਰੀਜ਼ਨ, ਕਹਿੰਦੇ ਇੱਕ ਸਬਜੈਕਟ ਹੈ, ਜੇ ਮੈਂ ਨਾ ਬਣਾਇਆ ਫਿਰ ਕਿਸੇ ਨੇ ਬਣਾਉਣਾ ਨਹੀਂ। ਇੱਥੇ ਆ ਕੇ ਮੇਰੀ ਕੁੰਡੀ ਅੜ ਗਈ ਥੋੜ੍ਹੀ ਜੀ। ਮੈਂ ਕਿਹਾ ਬੰਦਾ ਇਹ ਗੱਲ ਕਹਿ ਰਿਹਾ ਬਹੁਤ ਵੱਡੀ, ਇਹ ਤਾਂ ਜਿਹੜੇ ਮਰਜ਼ੀ ਡਾਇਰੈਕਟਰ ਨੂੰ ਕਹੇ ਕੋਈ ਵੀ ਇਹਦੇ ਲਈ ਫਿਲਮ ਬਣਾ ਦੇਗਾ, ਗਿੱਪੀ ਗਰੇਵਾਲ ਨੂੰ ਕਿਉਂ ਮਨਾ ਕਰੇਗਾ ਕੋਈ? ਮੈਂ ਕਿਹਾ ਅੱਛਾ ਇੱਦਾਂ ਨਹੀਂ, ਮੈਂ ਸੁਣਾਓ ਫਿਰ ਸਬਜੈਕਟ। ਫਿਰ ਗਿੱਪੀ ਨੇ ਮੈਨੂੰ ਸਬਜੈਕਟ ਸੁਣਾਇਆ, ਮੈਂ ਫਿਰ ਡਰ ਗਿਆ। ਮੈਂ ਕਿਹਾ ਸਬਜੈਕਟ ਬੜਾ ਬਰੀਕ ਹੈ ਔਰ ਬੜਾ ਕੰਮ ਕਰਨ ਵਾਲਾ ਸਬਜੈਕਟ ਹੈ, ਜੇ ਇਹ ਸਬਜੈਕਟ ਸਹੀ ਤਰ੍ਹਾਂ ਬਣ ਗਿਆ ਤਾਂ ਫਿਰ ਤਾਂ ਇਹਦੇ ਵਰਗਾ ਸਬਜੈਕਟ ਹੀ ਕੋਈ ਨਹੀਂ। ਪਰ ਜੇ ਗਿੱਪੀ ਨਾ ਬਣਾ ਸਕਿਆ ਤਾਂ ਇਸ ਤੋਂ ਮਾੜਾ ਸਬਜੈਕਟ ਵੀ ਨਹੀਂ ਹੋਣਾ, ਇਸ ਤੋਂ ਮਾੜੀ ਫਿਲਮ ਵੀ ਨਹੀਂ ਹੋਣੀ ਕੋਈ। ਪਹਿਲੇ 2 ਦਿਨ ਮੈਂ ਥੋੜ੍ਹਾ ਜਿਹਾ ਡਰ ਕੇ ਕੰਮ ਕਰਦਾ ਰਿਹਾ, ਗਿੱਪੀ ਦਾ ਵੀ ਪਹਿਲਾ ਦਿਨ ਸੀ ਤਾਂ ਉਹ ਵੀ ਸਮਝ ਰਿਹਾ ਸੀ ਚੀਜ਼ਾਂ ਨੂੰ। ਬਟ ਓਨੈਸਟ ਟੂ ਗੋਡ, ਦੂਸਰੇ ਦਿਨ ਖਤਮ ਹੁੰਦਿਆਂ ਹੁੰਦਿਆਂ ਤੀਸਰੇ ਦਿਨ ਮੈਂ ਇਸ ਤਰ੍ਹਾਂ ਕੰਮ ਕਰ ਰਿਹਾ ਸੀ ਕਿ ਜਿਵੇਂ ਮੈਂ ਕਿਸੇ 10-15-20 ਸਾਲ ਪੁਰਾਣੇ ਹੰਡੇ ਹੋਏ ਡਾਇਰੈਕਟਰ ਨਾਲ ਕੰਮ ਕਰ ਰਿਹਾ। ਔਰ ਅੱਜ ਮੈਂ ਗੱਲ ਬੜੇ ਮਾਣ ਨਾਲ ਕਹਿ ਰਿਹਾ, ਬੜੇ ਹੱਕ ਨਾਲ ਇਹ ਕਹਿ ਰਿਹਾ ਔਰ ਬੜੇ ਦਾਅਵੇ ਨਾਲ ਕਹਿ ਰਿਹਾ ਕਿ ਮੈਂ ਜ਼ਿੰਦਗੀ 'ਚ 50-60 ਫਿਲਮਾਂ 'ਚ ਜਿੰਨੇ ਵੀ ਡਾਇਰੈਕਟਰਸ ਨਾਲ ਕੰਮ ਕੀਤਾ, ਜੇ ਮੈਂ ਜ਼ਿੰਦਗੀ ਦੇ 3-4 ਟੌਪ ਡਾਇਰੈਕਟਰਸ ਗਿਣਾ ਤੇ ਗਿੱਪੀ ਵਨ ਆਫ ਦੈਮ। ਕਿਆ ਬਾਤ, ਗਿੱਪੀ ਇਜ਼ ਵਨ ਆਫ ਦੈਮ, ਕਿਉਂਕਿ ਮੈਂ ਇੰਨਾ ਵਧੀਆ ਔਰ ਇੰਨੀ ਸਿੰਸੈਰਿਟੀ ਨਾਲ ਕੰਮ ਕਰਦੇ ਬਹੁਤ ਘੱਟ ਡਾਇਰੈਕਟਰ। ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ। ਅੱਛਾ, ਬੈਸਟ ਪਾਰਟ ਆਫ ਬੀਂਗ ਗੁਰਪ੍ਰੀਤ, ਸਭ ਤੋਂ ਚੰਗੀ ਗੱਲ ਕਿ ਗਰਾਊਂਡਡ ਔਰ ਜ਼ਮੀਨ ਨਾਲ ਜੁੜਿਆ, ਮੈਨੂੰ ਇਸ ਜ਼ਮੀਨ ਨਾਲ, ਆਪਣੀ ਧਰਤੀ ਨਾਲ ਬਹੁਤ ਪਿਆਰ ਹੈ, ਆਪਣੇ ਲੋਕਾਂ ਨਾਲ, ਆਪਣੇ ਪੰਜਾਬ ਨਾਲ, ਆਵਾਮ ਨਾਲ। ਜਿਵੇਂ ਬਲੱਡ ਦੇ ਵਿੱਚ ਹੋਮੋਗਲੋਬਿਨ ਹੁੰਦਾ ਨਾ, ਮੇਰੇ ਪੰਜਾਬ ਅਤੇ ਪੰਜਾਬੀ ਇੱਦਾਂ ਮੇਰੇ ਬਲੱਡ 'ਚ ਹੈ, ਮੈਨੂੰ ਇਸ ਚੀਜ਼ ਦੀ ਖੁਸ਼ੀ ਔਰ ਮੈਨੂੰ ਮਾਣ ਹੈ। ਕਦੇ ਮੇਰਾ ਖੂਨ ਟੈਸਟ ਕਰਾ ਕੇ ਵੇਲੇ ਵਿੱਚ ਊੜੇ ਆੜੇ ਨਾ ਨਿਕਲੇ, ਮੈਨੂੰ ਫੜ ਲਿਆ। ਕੀ ਬਾਤ ਹੈ ਭਾਜੀ, ਵਰਸਟ ਪਾਰਟ, ਹਰ ਚੀਜ਼ ਦਾ ਚੰਗਾ ਪਾਸਾ ਵੀ ਹੁੰਦਾ, ਮਾੜਾ ਵੀ ਹੁੰਦਾ। ਵਰਸਟ ਪਾਰਟ ਵੀ ਸਰ ਮੇਰੇ ਅੰਦਰ ਹੈਗਾ ਕਿ ਮੈਂ ਬਹੁਤ ਜ਼ਿਆਦਾ ਸੋਸ਼ਲ ਹੋਣ ਤੋਂ ਕਤਰਾ ਜਾਂਦਾ, ਮੇਰਾ ਬਹੁਤ ਜ਼ਿਆਦਾ ਨਾ, ਮੇਰਾ ਪਹਿਲਾ ਇੰਪਰੈਸ਼ਨ ਚੰਗਾ ਨਹੀਂ ਪੈਂਦਾ ਕਈ ਬੰਦੇ ਦੇ। ਕਈ ਸਮੇਂ ਦੇ ਨੇ ਬਿਗ ਹੈਡਡ ਹੈ, ਕਈ ਸਮੇਂ ਦੇ ਨੇ ਰਿਜ਼ਰਵ ਹੈ, ਕਈ ਸਮੇਂ ਦੇ ਨੇ ਕਿ ਵੈਸੇ ਹੀ ਅਲੂਫ ਰਹਿਣਾ ਇਹਨੂੰ ਚੰਗਾ ਲੱਗਦਾ। ਸੋ ਮੇਰਾ ਫਸਟ ਇੰਪਰੈਸ਼ਨ ਇੰਨਾ ਵਧੀਆ ਨਹੀਂ ਹੁੰਦਾ, ਇਸ ਕਰਕੇ ਮੇਰੀਆਂ ਬਹੁਤੀਆਂ ਦੋਸਤੀਆਂ ਵੀ ਨਹੀਂ ਬਣਦੀਆਂ, ਮੇਰਾ ਵਰਸਟ ਪਾਰਟ। ਦੈਟਸ ਬੈਡ, ਪਰ ਚੰਗੀ ਗੱਲ ਇਹ ਵੀ ਹੈ, ਚੰਗੀ ਗੱਲ ਇਹ ਵੀ ਹੈ ਕਿ ਜਿਹੜੇ ਬੰਦੇ ਦੀ ਇੱਕ ਵਾਰੀ ਯਾਰੀ ਪੈ ਜਾਂਦੀ ਹੈ ਫਿਰ ਟੁੱਟਦੀ ਵੀ ਨਹੀਂ ਹੋਣੀ। ਹਾਂ, ਫਿਰ ਤੂੰ ਤਾਂ ਮੋਛਾ ਹੀ ਬਣ ਜਾਂਦਾ ਜੀ, ਫਿਰ ਯਾਰੀ ਦਾ ਫਿਰ ਤੂੰ ਤਾਂ ਮੋਛਾ ਹੀ ਹੁੰਦੀ। ਬਹੁਤ ਵੱਡੀ ਗੱਲ ਕਹੀ ਭਾਜੀ। ਹੁਣ ਅਗਲਾ ਜਿਹੜਾ ਥੋੜ੍ਹਾ ਟੇਢਾ ਜਿਹਾ ਰਾਊਂਡ ਹੈ ਜੀ, ਕੁਛ ਬੰਦਿਆਂ ਦੇ ਨਾਮ ਜਿਹੜਾ ਜਿਹੜਾ ਬੀਜੇ ਦਾ ਟ੍ਰੇਡਮਾਰਕ ਹੈ, ਬਹੁਤ ਮੈਂ ਆਸਾਨ ਜਿਹਾ ਰੱਖ ਰਿਹਾ ਇਸ ਵਾਰੀ, ਕਿਉਂਕਿ ਫਿਲਮ ਬਹੁਤ ਵਧੀਆ ਭਾਜੀ ਤੁਸੀਂ ਫਿਲਮ ਦੇ ਕਰਕੇ ਤੇ ਆਏ ਨਾ। ਕੁਛ ਬੰਦਿਆਂ ਦੇ ਨਾਮ ਲਊਂਗਾ, ਤੁਸੀਂ ਦੱਸਣਾ ਜੇ ਬੰਦੇ ਇੰਡਸਟਰੀ 'ਚ ਨਾ ਹੁੰਦੇ ਤਾਂ ਕੀ ਹੁੰਦੇ? ਸਭ ਤੋਂ ਪਹਿਲਾਂ ਗਿੱਪੀ ਗਰੇਵਾਲ ਭਾਜੀ। ਗਿੱਪੀ ਗਰੇਵਾਲ ਨਾਮ ਦਾ ਤਾਂ ਮੇਰੇ ਖਿਆਲ ਨਾਲ ਜੀ ਨੇਵੀ ਦੇ ਵਿੱਚ ਕਿਤੇ ਬਹੁਤ ਹੀ ਵਧੀਆ ਜੌਬ 'ਤੇ ਨਾ ਹੁੰਦਾ, ਮਤਲਬ ਠੀਕ ਠਾਕ ਜੀ ਜੌਬ 'ਤੇ ਹੁੰਦਾ, ਠੀਕ ਠਾਕ ਹੀ ਹੁੰਦਾ। ਦਲਜੀਤ ਦੋਸਾਂਝ, ਦਲਜੀਤ ਦੋਸਾਂਝ ਨੂੰ ਤਾਂ ਵਾਕਈ ਪੁਲਿਸ ਵਿੱਚ ਹੀ ਹੋਣਾ ਚਾਹੀਦਾ ਸੀ। ਪੁਲਿਸ ਹੀ ਹੋਗੇ ਜੀ। ਜਿੰਮੀ ਸ਼ੇਰਗਿੱਲ, ਜਿੰਮੀ ਸ਼ੇਰਗਿੱਲ ਨੂੰ ਸਰ ਸੌਫਟਵੇਅਰ ਇੰਜੀਨੀਅਰ ਹੋਣਾ ਚਾਹੀਦਾ ਸੀ। ਅੱਛਾ, ਉਹ ਮਤਲਬ ਕਲੀਨ ਸ਼ੇਵ ਉਧਰ ਹੀ ਲੱਗਦੇ, ਉਹ ਨਹੀਂ ਲੂਟਾ ਜਿਹਾ ਮਲੂਕਾ ਜਿਹਾ ਲੱਗਦਾ ਨਾ ਜੀ, ਲੂਟਾ ਲੂਟਾ ਇਜ਼ ਕਰੈਕਟ। ਬੀਨੂ ਢਿੱਲੋਂ, ਬੀਨੂ ਢਿੱਲੋਂ ਨੂੰ ਤਾਂ ਖੇਤੀ ਕਰਨੀ ਚਾਹੀਦੀ ਸੀ, ਉਹਨੂੰ ਤਾਂ ਹੁਣ ਵੀ ਕਰਨੀ ਚਾਹੀਦੀ, ਪਤਾ ਨਹੀਂ ਕਿਉਂ ਨਹੀਂ ਕਰਦਾ ਯਾਰ। ਪਰ ਉਹ ਪੰਜਾਬੀ ਇੰਡਸਟਰੀ ਦੇ ਵਿੱਚ, ਪੰਜਾਬੀ ਫਿਲਮਾਂ 'ਚ ਬੜਾ ਵਧੀਆ ਹਲ ਵਾ ਰਿਹਾ, ਬੜੇ ਸਿੱਧੇ ਸਿਆੜ ਕੱਢ ਰਿਹਾ। ਆਲ ਦਾ ਬੈਸਟ। ਕੀ ਬਾਤ ਹੈ, ਜਸਵਿੰਦਰ ਭੱਲਾ। ਜਸਵਿੰਦਰ ਭੱਲਾ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ। ਕਿਉਂ ਬਾਜੀ? ਨਹੀਂ, ਜੇਲ੍ਹ 'ਚ ਨੌਕਰੀ ਕਰਦੇ ਹੋਣਾ ਚਾਹੀਦਾ ਸੀ, ਅੰਦਰ ਨਹੀਂ ਸੀ ਹੋਣਾ ਚਾਹੀਦਾ। ਜੇਲ੍ਹ ਸੁਪਰਡੈਂਟ ਹੁੰਦੇ ਬਾਜੀ ਤੁਸੀਂ। ਆਲਰਾਈਟ, ਪਰ ਇੰਡਸਟਰੀ 'ਚ ਝੂਠੀ ਤਾਰੀਫ ਅਕਸਰ ਸੁਣਦੇ ਹੋ ਤੁਸੀਂ, ਹਰ ਦੂਜਾ ਬੰਦਾ ਤੀਜੇ ਬੰਦੇ ਦੀ ਕਰਦਾ, ਇਹ ਜ਼ਰੂਰੀ ਹੈ ਬਾਜੀ? ਮੇਰੇ ਖਿਆਲ ਨਾਲ ਨਹੀਂ ਜ਼ਰੂਰੀ, ਕਿਉਂਕਿ ਫੜੀ ਜਾਂਦੀ ਹੈ। ਸੋ ਬੰਦਾ ਮੂੰਹ ਤੇ ਭਾਵੇਂ ਨਹੀਂ ਕਹਿੰਦਾ, ਮੈਨੂੰ ਪਤਾ ਤੂੰ ਝੂਠ ਬੋਲ ਰਿਹਾ, ਪਰ ਪਿੱਠ ਪਿੱਛੇ ਵੀ ਕਹਿ ਰਹਿੰਦਾ ਜਾਂ ਅੰਦਰ ਖਾਤੇ ਪਤਾ ਲੱਗ ਜਾਂਦਾ ਕਿ ਇਹ ਚੀਜ਼ ਝੂਠੀ ਤਾਰੀਫ ਹੈ। ਇਹ ਕਰਨੀ ਪੈਂਦੀ ਹੈ, ਕਿਉਂਕਿ ਇਹਨੂੰ ਇਹ ਵੀ ਇੱਕ ਤਰ੍ਹਾਂ ਦਾ ਸਾਡੇ ਨਾ ਸਮਾਜ ਦਾ ਹਿੱਸਾ ਬਣ ਚੁੱਕੀ ਹੈ। ਤੁਸੀਂ ਕਿਸੇ ਦਾ ਘਰ ਦੇਖਣ ਜਾਂਦੇ ਹੋ, ਚੱਠ ਤੇ ਜਾਂਦੇ ਹੋ, ਮੂਰਤ ਤੇ ਜਾਂਦੇ ਹੋ, ਉਹਨਾਂ ਦੇ ਪੂੜੀਆਂ ਛੋਲੇ ਖਾਂਦੇ ਹੋ, ਹੈ ਨਾ, 2 ਵਾਰੀ ਪ੍ਰਸ਼ਾਦ ਵੀ ਲੈ ਲੈਂਦੇ ਭਾਈ ਜੀ ਕੋਲੋਂ, ਵਧਾਈ ਵੀ ਦਿੰਦੇ ਹੋ, ਸ਼ਗਨ ਵੀ ਭਰੇ ਜੇ ਮਨ ਨਾਲ ਪਾ ਦਿੰਦੇ ਹੋ 501 ਰੁਪਏ ਦਾ, ਅਤੇ ਵਾਹ ਵਾਹ ਬਹੁਤ ਅੱਛੇ ਭੈਣ ਜੀ, ਇਹ ਤਾਂ ਫਿਰ ਡਿਜ਼ਾਈਨ ਆਰਕੀਟੈਕਟ ਨੇ ਕੀਤਾ, ਉਹ ਵੀ ਅੱਗੋਂ ਨਹੀਂ ਨਹੀਂ ਆਰਕੀਟੈਕਟ ਨਾਂ ਦਾ ਹੀ ਸੀ, ਬਸ ਆਪ ਹੀ ਖੇਤਾ ਸਾਰਾ ਇਹ ਪੌੜੀਆਂ ਕੋਲ, ਉਹ ਤਾਂ ਬਹੁਤ ਜੀ ਉਹਦੇ ਵੱਲ ਬਣਾ ਲੈਂਦੇ, ਅਤੇ ਇਹ ਤਾਂ ਕੁਝ ਵੀ ਨਹੀਂ ਸੀ ਹੋਣਾ ਇੱਥੇ, ਮਤਲਬ ਉਹ ਵੀ ਆਪਣਾ ਹੀ ਝੂਠੀ ਤਾਰੀਫ ਕਰ ਰਹੇ ਨੇ, ਕੀਤਾ ਜੇ ਆਰਕੀਟੈਕਟ ਨਹੀਂ ਹੁੰਦਾ ਤਾਂ ਤੁਸੀਂ ਵੀ ਤਾਰੀਫਾਂ ਕਰਕੇ ਘਰ ਆ ਕੇ, ਤਾਂ ਸਮਝ ਨਹੀਂ ਆਉਂਦੀ ਇੱਥੋਂ ਪੌੜੀ ਚੜ੍ਹਾਉਣ ਦੀ ਕੀ ਲੋੜ ਸੀ ਇਹਨਾਂ ਨੂੰ, ਇਹ ਥੱਲੇ ਬਾਥਰੂਮ ਕੱਢ ਤੇ ਲਿਆ ਇਹਨਾਂ ਨੇ, ਸਮੈਲ ਕਿੱਥੇ ਜਾਣੀ ਇਹਦੀ ਭਲਾ? ਪਤਾ ਉਹ ਘਰ ਤੱਕ ਜਾਂਦੇ, ਉਹਨਾਂ ਦੀ ਨੁਕਤਾਚੀਨੀ ਕਰਦੇ ਜਾਂਦੇ, ਸਾਡੇ ਸਮਾਜ ਦਾ ਹਿੱਸਾ, ਇਸ ਕਰਕੇ ਸਾਡੀ ਇੰਡਸਟਰੀ ਦੇ ਵਿੱਚ ਵੀ ਝੂਠੀ ਤਾਰੀਫ ਚੱਲਦੀ ਤਾਂ ਹੈ। ਚੱਲਦੀ ਤਾਂ ਹੈ, ਚਲਾਉਣੀ ਜ਼ਰੂਰੀ ਹੈ। ਤੁਸੀਂ ਤੁਸੀਂ ਕਰਦੇ ਹੋ ਭਾਜੀ? ਨਹੀਂ ਨਹੀਂ, ਕਰਨੀ ਕਿਤੇ ਪੈ ਜਾਂਦੀ ਭਾਜੀ, ਪਰ ਮੈਂ ਬਰਦਾਸ਼ਤ ਨਹੀਂ ਕਰਦਾ ਕੋਈ ਮੇਰੀ ਝੂਠੀ ਕਰੇ ਜਾਂ ਮੇਰੇ ਕਿਸੇ ਚੀਜ਼ ਦੀ। ਤੁਹਾਨੂੰ
30 ਸੈਕਿੰਡ ਨੇ ਆਪਣੇ ਓਹੋ 30 ਸੈਕਿੰਡ ਦੇ ਵਿੱਚ ਗੁਰਪ੍ਰੀਤ ਗੁੱਗੀ ਤੁਸੀਂ ਕੁਝ ਐਸਾ ਜਿਹਾ ਕਰਕੇ ਦਿਖਾਓ ਜਿਹਦੇ ਕਰਕੇ ਮੈਂ ਤੁਹਾਨੂੰ ਟਸ਼ਨ ਦੇ ਪੈਕ ਇੱਕ ਬਹੁਤ ਘੈਂਟ ਚੀਜ਼ ਦੇਣੀ ਭਾਜੀ ਜਿਹੜੀ ਅੱਜ ਤੱਕ ਕਿਸੇ ਆਰਟਿਸਟ ਨੂੰ ਨਹੀਂ ਦਿੱਤੀ ਤੇ ਝੂਠੀ ਨਹੀਂ ਹੈ ਟਰਸਟ ਮੀ ਅੱਜ ਤੱਕ ਕਿਸੇ ਨੂੰ ਨਹੀਂ ਦਿੱਤੀ ਪੱਕੀ ਗੱਲ ਹੈ ਪੱਕੀ ਗੱਲ ਹੈ ਭਾਜੀ ਦੇਖੋ ਜੀ ਜੇ ਹੁਣ ਤੁਸੀਂ ਇੰਨਾ ਸਤਿਕਾਰ ਦੇ ਰਹੇ ਹੋ ਵੀ ਮੈਂ ਹੁਣ ਇੱਕ ਕਹਿੰਦੇ ਹੁੰਦੇ ਆ ਜੀ ਕਿ ਜਦੋਂ ਕੋਈ ਚੰਗਾ ਕੰਮ ਆਪਾਂ ਕਰ ਲੈਂਦੇ ਹਾਂ ਨਾ ਕਹਿੰਦੇ ਇਟਸ ਅ ਨਿਊ ਫੈਦਰ ਇਨ ਯੂਅਰ ਕੈਪ ਤੁਹਾਡੇ ਇੱਕ ਹੋਰ ਸ਼ਾਨ ਦਾ ਤੁਹਾਡੇ ਇੱਕ ਫੰਗ ਲੱਗ ਗਿਆ ਤੁਹਾਡੇ ਤੇ ਮੈਂ ਇਹੀ ਕਰ ਸਕਦਾ ਜੀ ਫਿਰ ਜਿੰਨਾ ਵਧੀਆ ਤੁਹਾਡਾ ਸ਼ੋਅ ਚੱਲ ਰਿਹਾ ਤੇ ਆਹ ਦੇਖੋ ਜੀ ਇਟਸ ਅ ਨਿਊ ਫੈਦਰ ਇਨ ਯੂਅਰ ਕੈਪ ਹੈ ਜੀ ਕੀ ਬਾਤ ਹੈ ਅੱਗੇ ਬਾਅਦ ਛੋਟੇ ਸੀ ਜਿਹੜੇ ਹੋਰ ਭਾਈ ਨੇ ਚਾਰ ਥੈਂਕ ਯੂ 30 ਸੈਕਿੰਡ ਸੀ ਤੇ ਮੈਂ ਇਹੀ ਕਰ ਸਕਦਾ ਥੈਂਕ ਯੂ ਭਾਈ ਮੈਨੂੰ ਮੌਕਾ ਦਿੰਦੇ ਮੈਂ ਹੀਰਿਆਂ ਦਾ ਵੀ ਲੈ ਕੇ ਆਉਂਦਾ ਤਾਜ ਨਹੀਂ ਨਹੀਂ ਮੌਕਾ ਭਾਜੀ ਜਾਓ ਤੁਸੀਂ ਲੈ ਗਿਆ ਮੌਕਾ 30 ਸੈਕਿੰਡ ਹੀ ਖਤਮ ਹੋ ਗਏ ਹੁਣ ਮੈਂ ਕੀ ਕਰ ਰਿਹਾ ਆਲ ਰਾਈਟ ਅੱਛਾ ਭਾਜੀ ਤੁਹਾਡੇ ਲਈ ਸਪੈਸ਼ਲ ਇੱਕ ਬੜੀ ਘੈਂਟ ਚੀਜ਼ ਅਸੀਂ ਬਣਾਈ ਹੈ ਲਿਆਓ ਜੀ ਇਹ ਹੁਣ ਸਾਂਭ ਕੇ ਰੱਖਿਓ ਭਾਜੀ ਲਿਆਓ ਵੈਰੀ ਮਚ ਲਓ ਭਾਜੀ ਲੱਸੀ ਤੁਹਾਡੀ ਫਿਲਮ ਆ ਰਹੀ ਹੈ ਅਰਦਾਸ ਭਾਜੀ ਉਹਦੇ ਲਈ ਮੁਬਾਰਕਾਂ ਤੁਹਾਨੂੰ ਬਹੁਤ ਸਾਰੀਆਂ ਅਤੇ ਲੱਸੀ ਮੈਂ ਕਿਹਾ ਪੰਜਾਬ ਦੀ ਸ਼ਾਨ ਹੈ ਇੱਕ ਤੁਸੀਂ ਸਾਡੇ ਪੰਜਾਬ ਨੂੰ ਬਹੁਤ ਹੀ ਪੂਰੇ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ ਪੰਜਾਬੀਆਂ ਦਾ ਤੁਹਾਡੇ ਕਰਕੇ ਹੈ ਸਾਰਾ ਕੁਝ ਅਤੇ ਇੱਕ ਵਾਰ ਭਾਜੀ ਲੱਸੀ ਹੁਣ ਤੁਸੀਂ ਇੱਕ ਚੀਜ਼ ਵੀ ਥੈਂਕ ਯੂ ਸੋ ਮਚ ਔਰ ਜਦੋਂ ਵੀ ਕਹਿੰਦੇ ਕਿਸੇ ਨੂੰ ਦੁਆ ਦੇਣੀ ਹੁੰਦੀ ਸੀ ਨਾ ਸਾਡੇ ਪੰਜਾਬ 'ਚ ਹੁਣ ਕਹਿੰਦੇ ਦੁੱਧੀ ਨਾਵੇਂ ਪੁੱਤੀ ਫਲੇ ਦੁੱਧ ਪੁੱਤ ਦਾ ਵਾਧਾ ਕਰੇ ਪਰਮਾਤਮਾ ਬਜ਼ੁਰਗ ਇਹ ਦਿੰਦੇ ਸੀ ਅਤੇ ਲੱਸੀ ਵੀ ਦੁੱਧ ਦੀ ਕੈਟਾਗਰੀ ਦੀ ਇੱਕ ਚੀਜ਼ ਹੈ ਔਰ ਜਿਨ੍ਹਾਂ ਦੇ ਘਰ ਲੱਸੀ ਹੋਵੇ ਸਮਝੋ ਉਹਨਾਂ ਦੇ ਘਰ ਲਵੇਰਾ ਜਿਹਦੇ ਘਰ ਲਵੇਰਾ ਸਮਝੋ ਉਹਦੇ ਘਰ ਖੁਸ਼ਹਾਲੀ ਹੈ ਤੁਸੀਂ ਸਾਨੂੰ ਖੁਸ਼ਹਾਲੀ ਦਿੱਤੀ ਹੈ ਸਾਡੀ ਅਰਦਾਸ ਲਈ ਅਰਦਾਸ ਕੀਤੀ ਹੈ ਸੋ ਜੀ ਲੱਸੀ ਇੱਕੋ ਸਾਹ 'ਚ ਪੀਣੀ ਹੈ ਆਪਾਂ ਦੋਵਾਂ ਨੇ ਜੀ ਲੱਸੀ ਪੀਓ ਜਾਂ ਮੁੱਛਾਂ ਨਾ ਬਣਾ ਫਿਰ ਪਤਾ ਨਹੀਂ ਲੱਗਦਾ ਲੱਸੀ ਪੀਤੀ ਹੈ ਛੋਟੇ ਹੁੰਦੇ ਲੱਸੀ ਪੀ ਕੇ ਜਾ ਕੇ ਸਾਰਿਆਂ ਨੇ ਖਾਣਾ ਮੰਮੀ ਦੇਖੋ ਮੇਰੇ ਮੁੱਛਾਂ ਬਣ ਗਈਆਂ ਡੈਡੀ ਦੇਖੋ ਮੇਰੇ ਮੁੱਛਾਂ ਬਣ ਗਈਆਂ ਇਹ ਵੀ ਕਲਚਰ ਦਾ ਕੀ ਬਾਤ ਹੈ ਭਾਜੀ ਆਈ ਵਿਸ਼ ਯੂ ਲੱਕ ਤੇ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦਾ ਜੀ ਭਾਜੀ ਉਹਨਾਂ ਦੀ ਮੂਵੀ ਆ ਰਹੀ ਹੈ ਅਰਦਾਸ ਜ਼ਰੂਰ ਦੇਖਣ ਜਾਇਓ 11 ਤਰੀਕ ਭੁੱਲਿਓ ਨਾ ਭਾਜੀ ਪਲੀਜ਼ ਥੈਂਕ ਯੂ ਸੋ ਵੈਰੀ ਮਚ ਜੀ ਔਰ ਤੁਹਾਨੂੰ ਬਾਰ ਬਾਰ ਕਹਿਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਿੰਨਾ ਤੁਸੀਂ ਸਾਨੂੰ ਕੰਮ ਕਰਦੇ ਦੇਖਿਆ ਉਹਨੇ ਕੰਮ ਦਾ ਤੁਸੀਂ ਰਿਵਾਰਡ ਵੀ ਦਿੱਤਾ ਇਸ ਕਰਕੇ ਮੈਨੂੰ ਸ਼ਿਓਰਿਟੀ ਹੈ ਜੀ ਕਿ ਬੜੀ ਪਾਕੀਜ਼ਗੀ ਦੇ ਨਾਲ ਬੜੀ ਸਾਫ਼ ਗੋਈ ਦੇ ਨਾਲ ਬਿਨਾਂ ਕਮਰਸ਼ੀਅਲ ਆਸਪੈਕਟਸ ਨੂੰ ਦਿਮਾਗ 'ਚ ਰੱਖਿਆ ਗਿੱਪੀ ਗਰੇਵਾਲ ਹੁਣਾਂ ਨੇ ਇਹ ਫਿਲਮ ਬਣਾਈ ਹੈ ਗਿੱਪੀ ਗਰੇਵਾਲ ਨੇ ਲਿਖੀ ਵੀ ਹੈ ਡਾਇਰੈਕਟ ਵੀ ਕੀਤੀ ਔਰ ਡਾਇਲੋਗਸ ਜਿਹੜੇ ਨੇ ਉਹ ਰਾਣਾ ਰਣਵੀਰ ਨੇ ਬਿਹਤਰੀਨ ਲਿਖੇ ਨੇ ਮੇਰੇ ਖਿਆਲ ਨਾਲ ਰਾਣਾ ਰਣਵੀਰ ਦਾ ਐਜ਼ ਅ ਡਾਇਲੋਗ ਰਾਈਟਰ ਇਹ ਬਿਹਤਰੀਨ ਕੰਮ ਹੋਏਗਾ ਸੋ ਮੈਂ ਵੀ ਆਪਣਾ ਬੈਸਟ ਕਰਨ ਦੀ ਇਹਦੇ 'ਚ ਕੋਸ਼ਿਸ਼ ਕੀਤੀ ਹੈ ਬਾਕੀ ਸਾਰੇ ਐਕਟਰਸ ਜਿਨ੍ਹਾਂ 'ਚ ਬੀ ਐਨ ਸ਼ਰਮਾ ਸਰਦਾਰ ਸੋਹੀ ਕਰਮਜੀਤ ਅਨਮੋਲ ਸਾਰਿਆਂ ਨੇ ਇਹਦੇ 'ਚ ਲਾਜਵਾਬ ਕੰਮ ਕੀਤਾ ਸੋ ਮਸਟ ਵਾਚ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਓ ਤੁਸੀਂ ਮੈਂ ਇੱਕ ਫਿਲਮ ਦਾ ਨਾਮ ਹੀ ਲੈਣਾ ਚਾਹਾਂਗਾ ਜੀ ਜਦੋਂ ਅਸੀਂ ਚਾਰ ਸਾਹਿਬਜ਼ਾਦੇ ਫਿਲਮ ਸਾਰਿਆਂ ਨੇ ਦੇਖੀ ਹੈ ਤੇ ਫਿਲਮ ਕੁਛ ਦੇ ਕੇ ਗਈ ਹੈ ਸੋਸਾਇਟੀ ਨੂੰ ਬਿਲਕੁਲ ਦੇ ਕੇ ਗਈ ਹੈ ਜੀ ਮੈਂ ਇਹ ਚਾਰ ਸਾਹਿਬਜ਼ਾਦੇ ਦੀ ਕੈਟਾਗਰੀ ਦੀ ਭਾਵੇਂ ਫਿਲਮ ਨਹੀਂ ਹੈ ਪਰ ਇਹਦੇ 'ਚ ਸਵਾਦ ਇਹਦੇ ਵਿੱਚ ਸੋਝ ਇਹਦੇ ਵਿੱਚ ਗਿਆਨ ਜਾਂ ਇਹਦੇ ਵਿੱਚ ਚੰਗੀਆਂ ਚੀਜ਼ਾਂ ਜਿਹੜੀਆਂ ਉਨੀਆਂ ਮਿਲਣਗੀਆਂ ਬਟ ਵਿਦ ਫੁੱਲ ਔਨ ਐਂਟਰਟੇਨਮੈਂਟ ਕੀ ਬਾਤ ਹੈ ਥੈਂਕ ਯੂ ਸੋ ਮਚ ਭਾਜੀ ਮੈਨੂੰ ਬਹੁਤ ਵਧੀਆ ਲੱਗਿਆ ਥੈਂਕਸ ਬ੍ਰਦਰ ਥੈਂਕ ਯੂ ਸੋ ਮਚ ਗੋਡ ਬਲੈਸ ਕੀਪ ਇੰਜੋਇੰਗ ਟਸ਼ਨ ਦਾ ਪੈਕ